ਤੁਹਾਡਾ ਭਰਾ ਪ੍ਰਭ ਲੈ ਕੇ ਆਇਆ ਜੀ ਤੁਹਾਡੇ ਲਈ ਇੱਕ ਹੋਰ YouTube ਵੀਡੀਓ। ਇੱਥੇ ਮੈਂ ਆਇਆ ਹੋਇਆ ਜੀ ਇੱਧਰ ਲਗੋਂਬੇ ਅਲਬਰਟਾ ਲੋਡ ਦਵਾ ਰਿਹਾ, ਤੁਸੀਂ ਦੇਖ ਸਕਦੇ ਹੋ ਮੇਰਾ ਟਰੱਕ ਲੱਗਾ ਆ, ਉਹ ਪਿੱਛੇ ਲੋਡ ਆ ਲਾ ਰਿਹਾ ਹੌਲੀ ਹੌਲੀ ਬਾਈ, ਥੋੜੀਆਂ ਸਟੈਪਾਂ ਨਹੀਂ ਲੈ ਗਏ, ਖਿੱਚਣਾ ਨਹੀਂ ਉਹ ਖਿੱਚਣਾ। ਪਰ ਮੈਂ ਦੱਸਦਾ ਕਿ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਉਹ ਹੈਗੀ ਆ ਟਰੱਕ ਦੀਆਂ ਬ੍ਰੇਕਾਂ ਤੇ, ਇੱਕ ਸੈਮੀ ਟਰੱਕ ਜਾਂ ਕੋਈ ਵੀ ਜਿਹੜੇ ਛੋਟੇ ਟਰੱਕ ਵੀ ਹੁੰਦੇ ਨੇ ਉਹਨਾਂ ਦੀ ਵੀ ਲਗਭਗ ਸੇਮ ਹੀ ਹੁੰਦੀਆਂ ਨੇ। ਕੈਨੇਡਾ ਦੇ ਵਿੱਚ ਟਰੱਕ ਦੀਆਂ ਬ੍ਰੇਕਾਂ ਕਿਵੇਂ ਹੁੰਦੀਆਂ ਨੇ, ਕੀ ਹਿਸਾਬ ਕਿਤਾਬ ਇਹਨਾਂ ਦਾ, ਤੇ ਏਅਰ ਬ੍ਰੇਕ ਦਾ ਕੀ ਰੌਲਾ ਹੈ ਏਅਰ ਬ੍ਰੇਕ ਦਾ, ਕਾਫੀ ਜਾਣਾ ਤਾਂ ਮੈਂ ਕਮੈਂਟ ਵੀ ਪੜਦਾ ਕਿ ਵੀਰੇ ਏਅਰ ਬ੍ਰੇਕ ਤੇ ਕੋਈ ਵੀਡੀਓ ਬਣਾਓ। ਅੱਛਾ ਸ਼ੁਰੂ ਕਰਦੇ ਵੀਡੀਓ ਨੂੰ, ਮੈਂ ਦੱਸਦਾ ਕਿ ਇੱਕ ਟਰੱਕ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਬ੍ਰੇਕਾਂ ਹੁੰਦੀਆਂ ਨੇ। ਇੱਕ ਟਰੱਕ ਜਾਂ ਕਿਸੇ ਵਹੀਕਲ ਦੇ ਵਿੱਚ ਤਿੰਨ ਤਰ੍ਹਾਂ ਦੀ ਬ੍ਰੇਕ ਹੁੰਦੀ ਹੈ ਵੀਰੇ। ਪਹਿਲੀ ਹੁੰਦੀ ਆ ਸਪਲਾਈ, ਸਪਲਾਈ ਮਤਲਬ ਕਿ ਜਿਹੜੀ ਆਪਾਂ ਪੈਰ ਦੇ ਨਾਲ ਬ੍ਰੇਕ ਦਬਾਉਂਦੇ ਆ। ਜਦ ਤੁਸੀਂ ਟਰੱਕ ਤੇ ਦੇਖ ਸਕਦੇ ਹੋ ਆ ਹੇਠਾਂ ਪੈਡਲ ਲੱਗੇ ਨੇ, ਆੜਾ ਵਿਚਕਾਰ ਦਾ ਪੈਡਲ ਆ, ਇਹ ਹੁੰਦਾ ਆ ਸਪਲਾਈ ਬ੍ਰੇਕ ਜਿਹਦੇ ਨਾਲ ਆਪਾਂ ਪੈਰ ਨਾਲ ਬ੍ਰੇਕ ਮਾਰੀਦੀ ਆ। ਦੂਜੀ ਕਿਹੜੀ ਹੁੰਦੀ ਹੈ ਜੀ, ਦੂਜੀ ਹੁੰਦੀ ਹੈ ਪਾਰਕਿੰਗ ਬ੍ਰੇਕ। ਪਾਰਕਿੰਗ ਬ੍ਰੇਕ ਸਿਰਫ ਟਰੱਕਾਂ 'ਚ ਨਹੀਂ ਹੁੰਦੀ, ਕਾਰਾਂ 'ਚ ਵੀ ਹੁੰਦੀ ਆ, ਭਾਵੇਂ ਤੁਸੀਂ ਮੈਨੂਅਲ ਗੱਡੀ ਚਲਾਉਂਦੇ ਹੋ ਭਾਵੇਂ ਆਟੋਮੈਟਿਕ ਵਿੱਚ ਇੱਕ ਪਾਰਕਿੰਗ ਬ੍ਰੇਕ ਜ਼ਰੂਰ ਹੁੰਦੀ ਆ। ਟਰੱਕ ਦੇ ਵਿੱਚ ਉਹ ਪਾਰਕਿੰਗ ਬ੍ਰੇਕ ਹੁੰਦੀ ਹੈ ਜੀ ਇੱਥੇ ਆਹ ਵਾਲਾ ਨੌਬ ਜੀ ਹੁੰਦੀ ਹੈ ਲੱਗੀਆਂ ਦੋ, ਆ ਟਰੈਕਟਰ ਦੀ ਪਾਰਕਿੰਗ ਬ੍ਰੇਕ ਆ, ਆ ਟ੍ਰੇਲਰ ਦੀ ਪਾਰਕਿੰਗ ਬ੍ਰੇਕ ਆ, ਕਿਉਂਕਿ ਉਹ ਡਿਫਰੈਂਟ ਯੂਨਿਟ ਨੇ ਦੋਨੇ। ਇਹ ਹੁੰਦੀ ਦੂਜੀ ਬ੍ਰੇਕ। ਤੀਜੀ ਬ੍ਰੇਕ ਕਿਹੜੀ ਹੁੰਦੀ ਹੈ ਜੀ, ਐਮਰਜੈਂਸੀ ਬ੍ਰੇਕ। ਐਮਰਜੈਂਸੀ ਬ੍ਰੇਕ ਮਤਲਬ ਕਿ ਟਰੱਕ ਦੇ ਵਿੱਚ ਜਾਂ ਕਾਰ ਦੇ ਵਿੱਚ ਐਮਰਜੈਂਸੀ ਬ੍ਰੇਕ ਜਿਹੜੀ ਆ ਉਹ ਦੋਨੇ ਸੇਮ ਹੀ ਨੇ, ਕਿਉਂਕਿ ਜਿਹੜੀ ਪਾਰਕਿੰਗ ਬ੍ਰੇਕ ਆ ਉਹਨੂੰ ਹੀ ਬਾਅਦ ਚ ਲੋਕੀ ਐਜ਼ ਐਨ ਐਮਰਜੈਂਸੀ ਬ੍ਰੇਕ ਯੂਜ਼ ਕਰਦੇ ਆ। ਕਿ ਮੰਨ ਲਓ ਕਿ ਮੇਰੀ ਸਰਵਿਸ ਬ੍ਰੇਕ ਜਿਹੜੀ ਆਹ ਵਾਲੀ ਸਰਵਿਸ ਬ੍ਰੇਕ ਪੈਰ ਵਾਲੇ ਪੈਡਲ ਵਾਲੀ, ਜੇ ਇਹ ਵਾਲੀ ਬ੍ਰੇਕ ਨਾ ਚੱਲੇ, ਮੰਨ ਲਓ ਕਿ ਟਰੱਕ ਦੇ ਸਿਸਟਮ 'ਚ ਹਵਾ ਖਤਮ ਹੋ ਜੇ ਜਾਂ ਹਵਾ ਘੱਟ ਜੇ, ਤੇ ਫਿਰ ਉਹ ਆਟੋਮੈਟਿਕਲੀ ਐਮਰਜੈਂਸੀ ਬ੍ਰੇਕ ਅਪਲਾਈ ਹੋ ਜਾਂਦੀ ਹੈ। ਤੇ ਕਾਰ ਦੇ ਵਿੱਚ ਐਮਰਜੈਂਸੀ ਬ੍ਰੇਕ ਅਪਲਾਈ ਕਰਨੀ ਆ ਉਹ ਤੁਹਾਨੂੰ ਪਾਰਕਿੰਗ ਬ੍ਰੇਕ ਜਿਹੜੀ ਹੁੰਦੀ, ਜਿੱਦਾਂ ਤੁਸੀਂ ਦੇਖਣਾ ਕਰਦੇ ਚੌੜੀ ਖਿੱਚਣ ਵਾਲੀ ਬ੍ਰੇਕ, ਉਹਨੂੰ ਕਹਿੰਦੇ ਐਮਰਜੈਂਸੀ ਬ੍ਰੇਕ। ਉਹ ਵੀ ਮਤਲਬ ਸਿਸਟਮ ਜਿਹੜਾ ਹਿਸਾਬ ਕਿਤਾਬ ਜਿਹਾ ਸੇਮ ਹੀ ਆ, ਬਸ ਟਰੱਕਾਂ ਥੋੜ੍ਹੇ ਵੱਡੇ ਲੈਵਲ 'ਤੇ ਆ, ਟਰੱਕਾਂ ਦੇ ਵਿੱਚ ਚੱਲਦੀ ਹੈ ਏਅਰ ਬ੍ਰੇਕ, ਇਹਦਾ ਸਿਸਟਮ ਥੋੜ੍ਹਾ ਜਿਹਾ ਤਾਂ ਕਰਕੇ ਡਿਫਰੈਂਟ ਹੋ ਜਾਂਦਾ ਕਿਉਂਕਿ ਇਹਦੇ 'ਤੇ ਏਅਰ ਬ੍ਰੇਕ ਵੀਰੇ ਹੁੰਦੀ ਆ। ਦੇਖੋ ਤੁਹਾਨੂੰ ਦੱਸਣਾ, ਏਅਰ ਬ੍ਰੇਕ ਹੁੰਦੀ ਆ ਆ ਇੱਥੇ ਟਰੱਕ ਦੇ ਫਰੰਟ 'ਤੇ, ਇੱਥੇ ਦੇਖਣਾ ਨਹੀਂ ਤੁਹਾਨੂੰ ਇਹਦੇ ਵਿੱਚੋਂ, ਉਹਦੇ ਲਈ ਮੈਨੂੰ ਹੁੱਡ ਖੋਲਣੀ ਪੈਣੀ ਆ, ਮੈਂ ਖੋਲ ਦਿੰਦਾ ਤੁਹਾਨੂੰ ਦਿਖਾ ਦਿੰਦਾ ਫਿਰ ਵੀ। ਉਹ ਬਾਈ ਮੈਨੂੰ ਕਹੀ ਜਾਂਦਾ ਸਟੈਪ ਖਿੱਚ ਲਾ ਕੇ, ਚਲੋ ਮੈਂ ਖਿੱਚਾ ਭੱਜ ਕੇ ਫਿਰ ਬਾਕੀ ਵੀਡੀਓ ਬਣਾਉਂਦੇ ਹਾਂ। ਹਾਂਜੀ ਬਾਬਿਓ, ਚਾਹ ਹੁੱਡ ਖੋਲ ਰਿਹਾ ਮੈਂ ਟਰੱਕ ਦੀ, ਹੁੱਡ ਖੋਲ ਕੇ ਤੁਹਾਨੂੰ ਮੈਂ ਦੱਸਦਾ ਹਾਂ ਕਿ ਏਅਰ ਬ੍ਰੇਕ ਹੈ ਕੀ ਅਤੇ ਕੀ ਸਿਸਟਮ ਆ ਏਅਰ ਬ੍ਰੇਕ ਦਾ, ਹੈ ਨਾ। ਅੱਛਾ, ਏਅਰ ਬ੍ਰੇਕ ਹੀ ਹੁੰਦੀ ਹੈ ਵੀਰੇ, ਇੱਕ ਹੁੰਦੀਆਂ ਨੇ ਹਾਈਡ੍ਰੋਲਿਕਸ ਬ੍ਰੇਕਾਂ, ਜਿਹੜੀ ਹਾਈਡ੍ਰੋਲਿਕ ਬ੍ਰੇਕ ਹੁੰਦੀ ਹੈ, ਜਿੱਦਾਂ ਜਿਹੜੀਆਂ ਡਿਸਕ ਬ੍ਰੇਕਾਂ ਜਿਹਨੂੰ ਕਹਿੰਦੇ ਆ ਨਾ, ਜਿਹੜੀ ਗੱਡੀਆਂ ਦੇ ਵਿੱਚ ਜ਼ਿਆਦਾਤਰ ਡਿਸਕ ਬ੍ਰੇਕ ਹੁੰਦੀ ਆ, ਉਹ ਚੱਲਦੀ ਆ ਲਿਕੁਇਡ ਦੇ ਨਾਲ ਜਾਂ ਬ੍ਰੇਕ ਓਇਲ ਦੇ ਨਾਲ, ਕਿ ਜਦੋਂ ਆਪਾਂ ਪੈਰ ਦਾ ਪੈਡਲ ਦੱਬਦੇ ਹਾਂ ਜਿਹੜਾ ਬ੍ਰੇਕ ਓਇਲ ਆ ਉਹ ਪ੍ਰੈਸ਼ਰ ਬਣਾ ਕੇ ਅਤੇ ਉਹ ਬ੍ਰੇਕ ਨੂੰ ਅਪਲਾਈ ਕਰ ਦਿੰਦਾ। ਪਰ ਟਰੱਕਾਂ ਦੇ ਵਿੱਚ ਹੁੰਦੀ ਆ ਏਅਰ ਬ੍ਰੇਕ ਹੀ ਹੁੰਦੀ ਆ, ਕਿ ਇਹਦੇ 'ਚ ਲੱਗਾ ਹੁੰਦਾ ਇੱਕ ਕੰਪਰੈਸਰ, ਜਿੱਦਾਂ ਇਹਦੇ ਆ ਟਰੱਕ ਦੇ ਵਿੱਚ ਇੱਥੇ ਲੱਗਾ ਹੇਠਾਂ, ਆਹ ਪਿੱਛੇ ਆਹ ਜਿਹੜਾ ਲੱਗਿਆ ਵਿੱਚ ਵਾਰ, ਇਹ ਕੰਪਰੈਸਰ ਇੰਜਣ ਦੇ ਨਾਲ ਹੀ ਚੱਲਦਾ ਆ ਅਤੇ ਕੀ ਕੰਮ ਕਰਦਾ ਆ, ਇਹ ਹਵਾ ਨੂੰ ਕੰਪਰੈਸ ਕਰਦਾ ਆ, ਮਤਲਬ ਹਵਾ ਦਾ ਪ੍ਰੈਸ਼ਰ ਬਣਾਉਂਦਾ ਆ ਕਿੱਥੇ, ਇਹਦੇ ਟੈਂਕਾਂ ਦੇ ਵਿੱਚ, ਕਿਉਂਕਿ ਇਹ ਕੰਪਰੈਸਰ ਆ ਇਹਦੇ ਪਿੱਛੇ ਏਅਰ ਲਾਈਨ ਲੱਗੀ ਹੁੰਦੀ ਆ, ਏਅਰ ਲਾਈਨ ਜਾਂਦੀ ਪਿੱਛੇ ਟੈਂਕ ਨੂੰ, ਉਹ ਤੁਸੀਂ ਦੇਖ ਸਕਦੇ ਹੋ ਉਹ ਏਅਰ ਟੈਂਕ ਆ, ਇੱਕ ਉੱਥੇ ਆ ਇੱਕ ਉਹਦੇ ਨਾਲ ਹੀ ਪਰਦੇ ਬਣਦੇ ਆ, ਇਹਦੇ ਟੈਂਕ ਨੇ ਇਹ ਹੋਲਡ ਕਰਦੇ ਏਅਰ ਪ੍ਰੈਸ਼ਰ, ਰਾਈਟ। ਕਿ ਫਿਰ ਇਹ ਜਿੱਦਾਂ ਮੰਨ ਲਓ ਕਿ ਇੱਕ ਹਾਈਡ੍ਰੋਲਿਕ ਬ੍ਰੇਕ ਦੇ ਵਿੱਚ ਪ੍ਰੈਸ਼ਰ ਪੈਰ ਨਾਲ ਬਣਦਾ ਵਾ, ਏਅਰ ਬ੍ਰੇਕ ਦੇ ਵਿੱਚ ਪ੍ਰੈਸ਼ਰ ਇਹ ਵਾਲੀ ਏਅਰ ਦੇ ਪ੍ਰੈਸ਼ਰ ਦੇ ਨਾਲ ਬਣਦਾ ਬ੍ਰੇਕ ਨੂੰ ਅਪਲਾਈ ਕਰਨ ਦਾ। ਅੱਛਾ, ਹੁਣ ਤੁਸੀਂ ਸੋਚਦੇ ਹੋਵੋਗੇ ਕਿ ਟਰੱਕਾਂ ਦੇ ਵਿੱਚ ਇਕੱਲੀ ਹਾਈਡ੍ਰੋਲਿਕ ਬ੍ਰੇਕ ਕਿਉਂ ਨਹੀਂ ਯੂਜ਼ ਕਰ ਲੈਂਦੇ, ਕਿ ਜਿੱਦਾਂ ਕਾਰਾਂ ਦੇ ਵਿੱਚ ਹੁੰਦੀ ਆ, ਏਅਰ ਬ੍ਰੇਕ ਦਾ ਕੀ ਫਾਇਦਾ ਆ? ਏਅਰ ਬ੍ਰੇਕ ਟਰੱਕ ਤਾਂ ਕਰਕੇ ਯੂਜ਼ ਕਰਦੇ ਆ ਕਿਉਂਕਿ ਟਰੱਕ ਦਾ ਭਾਰ ਤਾਂ ਓਬਵੀਅਸਲੀ ਕਿਤੇ ਵੱਧ ਹੁੰਦਾ ਕਾਰ ਦਾ, ਹਨਾ। ਇੱਕ ਟਰੱਕ ਦਾ ਸਾਈਜ਼ ਅਤੇ ਕਾਰ ਦਾ ਸਾਈਜ਼ ਬਹੁਤ ਫਰਕ ਹੈ ਵੀਰੇ, ਉੱਤੋਂ ਲੋਡ ਹੁੰਦਾ ਨਾ ਉਹ ਸਾਰੇ ਟ੍ਰੇਲਰ ਦੇ ਉੱਤੇ ਵੀ, ਅਤੇ ਬਹੁਤ ਜ਼ਿਆਦਾ ਭਾਰ ਹੋ ਜਾਂਦਾ ਟਰੱਕ ਦਾ। ਅਤੇ ਇੱਕ ਕਾਰ ਨੂੰ ਰੋਕਣ ਲਈ ਜਿਹੜੀ ਤੁਹਾਡੇ ਪੈਰ ਦਾ ਪ੍ਰੈਸ਼ਰ ਆ ਉਹ ਇਨਫ ਆ ਉੱਤੇ ਪ੍ਰੈਸ਼ਰ ਪਾਉਣ ਨੂੰ ਕਿ ਗੱਡੀ ਰੁਕ ਜੇ, ਪਰ ਇੱਕ ਟਰੱਕ ਨੂੰ ਰੋਕਣ ਲਈ ਉਹ ਇਨਫ ਨਹੀਂ ਹੈਗਾ, ਉਹਦੇ ਲਈ ਐਕਸਟਰਨਲ ਪ੍ਰੈਸ਼ਰ ਬਣਾਉਣਾ ਪੈਂਦਾ। ਜਿੱਦਾਂ ਤੁਹਾਨੂੰ ਦੱਸਿਆ ਕਿ ਉਹ ਜਿਹੜਾ ਕੰਪਰੈਸਰ ਆ ਉਹ ਪ੍ਰੈਸ਼ਰ ਬਣਾਉਂਦਾ ਆ ਤਾਂ ਟੈਂਕਾਂ ਦੇ ਵਿੱਚ ਜਾਂਦਾ, ਹੈ ਨਾ। ਇਹੋ ਕਰਕੇ ਟਰੱਕਾਂ ਦੇ ਵਿੱਚ ਏਅਰ ਬ੍ਰੇਕਾਂ ਨੇ, ਕਿਉਂਕਿ ਟਰੱਕਾਂ ਨੂੰ ਰੋਕਣ ਲਈ ਪ੍ਰੈਸ਼ਰ ਵੱਧ ਚਾਹੀਦਾ ਆ, ਅਤੇ ਨਾਲੇ ਪਿੱਛੇ ਟ੍ਰੇਲਰ ਕਿੰਨੀ ਦੂਰ ਤੱਕ ਜਾਂਦਾ ਤੁਸੀਂ ਦੇਖ ਸਕਦੇ ਹੋ, ਆਹੋ ਟ੍ਰੇਲਰ ਹੈ ਪਿੱਛੇ ਉਹ ਕਿੰਨੀ ਦੂਰ ਤੱਕ ਜਾ ਰਿਹਾ, ਹੈ ਨਾ। ਹੁਣ ਉੱਥੋਂ ਤੱਕ ਜਾਣ ਲਈ ਜੇਕਰ ਤੁਸੀਂ ਇੱਕ ਲਿਕੁਇਡ ਬ੍ਰੇਕ ਯੂਜ਼ ਕਰੋਗੇ ਉਹਦਾ ਖਲਾਰਾ ਵੀ ਬਹੁਤ ਹੋਊਗਾ, ਅਤੇ ਇੰਨਾ ਪ੍ਰੈਸ਼ਰ ਤੁਸੀਂ ਅਪਲਾਈ ਕਰ ਸਕਦੇ ਹੀ ਨਹੀਂ ਆਪਣੇ ਪੈਰ ਦੇ ਨਾਲ ਕਿ ਇੱਦਾਂ ਵਾਲਾ ਟਰੱਕ ਇੰਨੀ ਦੂਰ ਤੱਕ ਰੋਕ ਸਕੇ। ਤਾਂ ਕਰਕੇ ਏਅਰ ਬ੍ਰੇਕਾਂ ਦਾ ਇਸਤੇਮਾਲ ਹੁੰਦਾ, ਇਹ ਸੇਫ ਨੇ, ਵੱਧ ਸੇਫ ਨੇ, ਵੱਧ ਸਟਰੋਂਗ ਨੇ, ਵੱਧ ਪਾਵਰਫੁੱਲ ਨੇ। ਇਹ ਫਾਇਦਾ ਹੈ ਜੀ ਏਅਰ ਬ੍ਰੇਕ ਯੂਜ਼ ਕਰਨ ਦਾ ਟਰੱਕਾਂ ਦੇ ਵਿੱਚ। ਬਾਕੀ ਹੁਣ ਆ ਜੋ ਕੈਬਿਨ ਦੇ ਵਿੱਚ, ਇਹਦੇ 'ਚ ਕੀ ਲੱਗਾ ਹੁੰਦਾ, ਕਿਤੋਂ ਪਤਾ ਲੱਗਦਾ ਕੀ ਪ੍ਰੈਸ਼ਰ ਆ ਟੈਂਕਾਂ ਦਾ, ਕਿੰਨੀ ਬ੍ਰੇਕ ਅਪਲਾਈ ਹੋ ਰਹੀ ਹੈ ਵਗੈਰਾ। ਜਿੱਦਾਂ
ਸਾਰਾ ਕੁਝ ਸਾਰੀ ਇਨਫੋਰਮੇਸ਼ਨ ਤੁਹਾਨੂੰ ਇਨਾ ਗੇਜਸ ਮਿਲ ਜਾਂਦੀ ਆ। ਇਹ ਗੇਜ ਤੁਸੀਂ ਜਦੋਂ ਆਮ ਤੌਰ ਤੇ ਦੇਖੋਗੇ ਤਾਂ ਸੋਚੋਗੇ ਯਾਰ ਏਡਾ ਕੰਪਲੀਕੇਟਡ ਸਿਸਟਮ ਕੀ ਆ, ਪਰ ਇੰਨਾ ਜ਼ਿਆਦਾ ਕੰਪਲੀਕੇਟਡ ਨਹੀਂ ਹੈਗਾ। ਜਦੋਂ ਆਪਾਂ ਏਅਰ ਬ੍ਰੇਕ ਦੀ ਗੱਲ ਕਰਦੇ ਹਾਂ ਹਨਾ, ਏਅਰ ਬ੍ਰੇਕ ਲਈ ਆਹ ਹੈਗੀਆਂ ਇੱਧਰ ਸੱਜੇ ਬੰਨੇ ਆਹ ਦੋ ਟੈਂਕ ਦੀਆਂ ਗੇਜਾਂ, ਇੱਕ ਆ ਹੇਠ ਲਈ ਤੇ ਇੱਕ ਉੱਪਰ ਲਈ। ਜਿੱਦਾਂ ਮੈਂ ਤੁਹਾਨੂੰ ਕਿਹਾ ਦੋ ਟੈਂਕ ਹੁੰਦੇ ਆ, ਇੱਕ ਹੁੰਦਾ ਪ੍ਰਾਇਮਰੀ ਇੱਕ ਹੁੰਦਾ ਸੈਕੰਡਰੀ। ਕਿ ਆਹ ਜਿਹੜੀ ਗੇਜ ਆ ਇਹ ਹੁਣ ਜ਼ੀਰੋ ਤੇ, ਕਿਉਂਕਿ ਮੈਂ ਇਹਨੂੰ ਔਨ ਨਹੀਂ ਕੀਤਾ, ਪਰ ਜਦੋਂ ਏਅਰ ਪ੍ਰੈਸ਼ਰ ਬਿਲਡ ਹੁੰਦਾ ਆ ਕਿੰਨਾ ਕਿੰਨਾ ਪ੍ਰੈਸ਼ਰ ਆ ਦੋਨਾਂ ਟੈਂਕਾਂ 'ਚ, ਇੱਥੇ ਆ ਜਾਂਦਾ ਦੋਨਾਂ ਗੇਜਾਂ ਦੇ ਉੱਪਰ। ਅੱਛਾ, ਤੇ ਫਿਰ ਜਦੋਂ ਆਪਾਂ ਪੈਰ ਦੇ ਨਾਲ ਬ੍ਰੇਕ ਅਪਲਾਈ ਕਰਦੇ ਹਾਂ ਉਹ ਹੇਠਾਂ ਇੱਥੇ ਆ ਜਾਂਦੀ ਹੈ ਜੀ। ਇੱਦਾਂ ਬਣਿਆ ਬ੍ਰੇਕ ਤੇ ਫੁੱਟ ਪੈਡਲ ਤੇ ਨਾਲ ਬ੍ਰੇਕ ਜਦੋਂ ਅਪਲਾਈ ਹੁੰਦੀ ਆ, ਇਹਨਾਂ ਤੋਂ ਪਤਾ ਲੱਗ ਜਾਂਦਾ ਕਿ ਕਿੰਨਾ ਪ੍ਰੈਸ਼ਰ ਆ, ਕਿੰਨਾ ਪ੍ਰੈਸ਼ਰ ਵਰਤ ਰਹੇ ਹਾਂ, ਕੀ ਹਵਾ ਘੱਟ ਰਹੀ ਹੈ ਜ਼ਿਆਦਾ। ਤੇ ਜੇ ਮੰਨ ਲਓ ਕਿ ਤੁਸੀਂ ਜਦੋਂ ਜਿਹੜੇ ਭਰਾਵਾਂ ਨੇ ਟੈਸਟ ਕਰਨਾ ਜਾਂ ਕਰ ਰਹੇ ਨੇ ਏਅਰ ਬ੍ਰੇਕ ਦਾ, ਉਹਨੂੰ ਪਤਾ ਆ ਕਿ ਜਦੋਂ ਤੁਸੀਂ ਇੱਕ ਏਅਰ ਬ੍ਰੇਕ ਦਾ ਟੈਸਟ ਕਰਦੇ ਹੋ ਤੁਹਾਨੂੰ ਪੁੱਛਦੇ ਆ, ਉਹਦਾ ਪੁੱਛਦੇ ਆ ਕਿ ਹਾਂ ਬਈ ਪ੍ਰੈਸ਼ਰ ਕਿੰਨਾ ਘੱਟ ਰਿਹਾ ਟੈਂਕ ਚੋਂ। ਕਿਉਂਕਿ ਜੇ ਕੋਈ ਏਅਰ ਲੀਕ ਹੋਵੇ ਤਾਂ ਇਹਨਾਂ ਗੇਜ ਜਿਹੜੀਆਂ ਨੇ ਜ਼ਿਆਦਾ ਡਿੱਗਦੀਆਂ ਨੇ, ਜਿਹੜੀਆਂ ਏਅਰ ਪ੍ਰੈਸ਼ਰ ਦੀਆਂ। ਜੇਕਰ ਕੋਈ ਏਅਰ ਲੀਕ ਨਾ ਹੋਵੇ ਫਿਰ ਉਹ ਗੇਜਾਂ ਨਹੀਂ ਡਿੱਗਦੀਆਂ, ਤਾਂ ਕਰਕੇ ਤੁਹਾਨੂੰ ਟੈਸਟ ਦੇ ਵਿੱਚ ਪੁੱਛਣਗੇ ਕਿ ਬਈ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਏਅਰ ਸਿਸਟਮ ਦੇ ਵਿੱਚ, ਕਿਉਂਕਿ ਉਹ ਪ੍ਰੋਬਲਮ ਉਹ ਹੀ ਹੁੰਦੀ ਕਿ ਲੀਕ ਹੁੰਦੀ ਹੋਊਗੀ ਕਿਤੇ ਨਾ ਕਿਤੇ ਹੋਣਾ। ਕਿਉਂਕਿ ਜਿਹੜੀਆਂ ਏਅਰ ਬ੍ਰੇਕਾਂ ਦੀਆਂ ਪਾਈਪਾਂ ਹੁੰਦੀਆਂ ਕੰਪਲੀਕੇਟਡ ਬਹੁਤ ਨੇ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਪਿੱਛੋਂ ਤੱਕ ਜਾਂਦੀਆਂ ਨੇ। ਹੁਣ ਇੰਨੀ ਪਿੱਛੇ ਜਾਣ ਲਈ ਕਿੰਨਾ ਹੀ ਸਿਸਟਮ ਹੈ ਹੇਠੋਂ ਦੀ, ਟ੍ਰੇਲਰਾਂ ਦੇ ਹੇਠੋਂ ਦੀ, ਟਰੱਕ ਦੇ ਹੇਠੋਂ ਦੀ, ਪਾਈਪਾਂ ਦਾ, ਏਅਰ ਪਾਈਪਾਂ ਦਾ, ਜਿਹੜੀਆਂ ਕਿ ਏਅਰ ਨੂੰ ਆਲ ਦਾ ਵੇ ਇੱਥੋਂ ਪਿੱਛੋਂ ਤੱਕ ਲੈ ਜਾਂਦੀਆਂ ਨੇ, ਜਿਹਨਾਂ ਦਾ ਬ੍ਰੇਕ ਅਪਲਾਈ ਹੋ ਸਕਦੀ ਹੈ। ਐਡੇ ਵੱਡੇ ਸਿਸਟਮ ਦੇ ਵਿੱਚੋਂ ਜੇਕਰ ਕੋਈ ਜਗ੍ਹਾ ਤੋਂ ਏਅਰ ਲੀਕ ਹੁੰਦੀ ਹੋਵੇ ਉਹ ਕੋਈ ਬਹੁਤ ਵੱਡੀ ਗੱਲ ਨਹੀਂ, ਬਹੁਤ ਹੀ ਆਮ ਜੀ ਗੱਲ ਆ, ਟਰੱਕਾਂ 'ਚ ਹੁੰਦੀ ਰਹਿੰਦੀ ਆਮ ਤੌਰ 'ਤੇ, ਤਾਂ ਕਰਕੇ ਟਰੱਕਾਂ ਦੀ ਮੇਨਟੇਨੈਂਸ ਜਿਹੜੀ ਹਾਈ ਹੁੰਦੀ ਹੈ, ਕਿਉਂਕਿ ਇੱਦਾਂ ਨਿੱਕੇ ਨਿੱਕੇ ਜਿਹੜੇ ਡਿਫੈਕਟ ਨੇ ਉਹ ਪੈਂਦੇ ਰਹਿੰਦੇ ਹੈ ਨਾ। ਕਿਉਂਕਿ ਏਅਰ ਬ੍ਰੇਕ ਜਿਹੜੀ ਹੈ ਬਹੁਤ ਹੀ ਇੱਕ ਕੰਪਲੀਕੇਟਡ ਸਿਸਟਮ ਆ, ਪਰ ਜੇ ਕੰਪਲੀਕੇਟਡ ਸਿਸਟਮ ਹੈ ਤਾਂ ਹੀ ਏਡੇ ਵੱਡੇ ਟਰੱਕ ਜਿਹੜੇ ਆ ਚੱਲੀ ਜਾਂਦੇ ਆ ਤਾਂ ਰੁਕ ਸਕਦੇ ਆ। ਜਦੋਂ ਤੁਸੀਂ ਆਪਣੇ ਟਰੱਕ ਦੇ ਲਾਇਸੈਂਸ ਲਈ ਟੈਸਟ ਦਿੰਦੇ ਹੋ ਨਾ, ਉਹਦੇ ਵਿੱਚ ਇੱਕ ਹੋਰ ਟੈਸਟ ਹੁੰਦਾ ਜੀ, ਉਹ ਹੁੰਦਾ ਏਅਰ ਬ੍ਰੇਕ ਦਾ। ਤੇ ਜਦੋਂ ਤੁਸੀਂ ਆਪਣੇ ਟਰੱਕ ਦਾ ਟੈਸਟ ਵੀ ਦਿੰਦੇ ਹੋ, ਜਿਹੜਾ ਪ੍ਰੈਕਟੀਕਲ ਟੈਸਟ ਹੁੰਦਾ ਐਂਡ ਵਾਲਾ, ਉਹਦੇ ਵਿੱਚ ਵੀ ਇੰਸਟ੍ਰਕਟਰ ਤੁਹਾਡਾ ਇੱਕ ਏਅਰ ਬ੍ਰੇਕ ਟੈਸਟ ਲੈਂਦਾ, ਕਿਉਂਕਿ ਏਅਰ ਬ੍ਰੇਕ ਜਿਹੜੀ ਆ ਉਹ ਇੱਕ ਪ੍ਰੀ ਟ੍ਰਿਪ 'ਚ ਵੀ ਆ ਜਾਂਦੀ, ਕਿ ਪ੍ਰੀ ਟ੍ਰਿਪ ਮਤਲਬ ਪ੍ਰੀ ਟ੍ਰਿਪ ਇੰਸਪੈਕਸ਼ਨ 'ਚ। ਤਾਂ ਕਰਕੇ ਤੁਸੀਂ ਕਈਆਂ ਵੀਡੀਓ 'ਚ ਦੇਖਿਆ ਹੋਣਾ ਵਾ ਕਿ ਬਾਈ ਜਿਹੜੇ ਵੀਰ ਭਰਾ ਬਣਾਉਂਦੇ ਆ ਟਰੱਕਿੰਗ ਵੀਡੀਓਜ਼, ਉਹ ਪਹਿਲਾਂ ਟਰੱਕ ਦੀ ਪ੍ਰੀ ਟ੍ਰਿਪ ਇੰਸਪੈਕਸ਼ਨ ਕਰ ਰਹੇ ਹੁੰਦੇ, ਉਹਦੇ ਬਾਰੇ ਗੱਲ ਕਰ ਦਿੰਦੇ ਕਿਉਂ ਹੁੰਦੀ ਪ੍ਰੀ ਟ੍ਰਿਪ ਇੰਸਪੈਕਸ਼ਨ ਏਅਰ ਬ੍ਰੇਕ ਦੀ। ਉਹ ਇੱਦਾਂ ਪਹਿਲੀ ਗੱਲ ਤਾਂ ਲੀਕਸ, ਜੇ ਕੋਈ ਜਗ੍ਹਾ ਤੋਂ ਏਅਰ ਲੀਕ ਆ ਟਰੱਕ ਦੇ ਆਲੇ ਦੁਆਲੇ, ਫਿਰ ਉਹ ਸੁਣ ਜੂਗੀ, ਉਹਦਾ ਤਾਂ ਕਰਕੇ ਵਾਕ ਅਰਾਊਂਡ ਕਰਦੇ ਆ। ਇੱਕ ਹੁੰਦਾ ਕਿ ਪ੍ਰੈਸ਼ਰ ਚੈੱਕ ਕਰਨਾ ਇੱਥੇ ਅੰਦਰ ਆ ਕੇ, ਜਿਹੜਾ ਟੈਂਕ ਦਾ ਪ੍ਰੈਸ਼ਰ ਆ ਉਹ ਜ਼ਿਆਦਾ ਡਿੱਗਦਾ ਤਾਂ ਨਹੀਂ, ਕਿਉਂਕਿ ਜੇ ਜ਼ਿਆਦਾ ਡਿੱਗਦਾ ਹੋਵੇ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਹਾਂ ਕਿਤੋਂ ਨਾ ਕਿਤੋਂ ਲੀਕ ਹੋਊਗੀ, ਜਾਂ ਜਿਹੜਾ ਕੰਪਰੈਸਰ ਆ ਉਹ ਹਵਾ ਕੁਇਕਲੀ ਇਨਫ ਬਣਾਉਂਦਾ ਆ ਨਹੀਂ ਬਣਾਉਂਦਾ। ਮਤਲਬ ਕਿ ਜੇਕਰ ਕੰਪਰੈਸਰ ਹਵਾ ਥੋੜ੍ਹੀ ਉਨੀ ਤੇਜ਼ ਨਹੀਂ ਬਣਾ ਰਿਹਾ ਜਿੰਨੀ ਤੇਜ਼ ਬਣਨ ਦੀ ਲੋੜ ਆ, ਤਾਂ ਤੁਸੀਂ ਬ੍ਰੇਕਾਂ ਅਪਲਾਈ ਕਰ ਕਰਕੇ ਤੇ ਹਵਾ ਛੇਤੀ ਖਤਮ ਕਰ ਦਿੰਦੇ ਹੋ, ਤੇ ਉਨੀ ਛੇਤੀ ਕੰਪਰੈਸਰ ਹਵਾ ਨਹੀਂ ਬਣਾ ਸਕਿਆ। ਉਹਦਾ ਵੀ ਇੱਕ ਟੈਸਟ ਹੁੰਦਾ ਹੈ ਟਰੱਕ ਦੇ ਵਿੱਚ ਬੈਠੇ ਹੀ, ਜਦੋਂ ਤੁਸੀਂ ਥੋੜ੍ਹੇ ਕਿੰਨੇ ਮਿਸਲ ਨਾ 1200 RPM ਦੇ ਉੱਤੇ ਕਰ ਦਿੰਦੇ ਹੋ, ਤੇ 1200 RPM ਦੇ ਉੱਤੇ ਤੁਸੀਂ ਦੇਖਣਾ ਹੁੰਦਾ ਕਿ 3 ਮਿੰਟ ਦੇ ਵਿੱਚ ਕਿੰਨਾ ਪ੍ਰੈਸ਼ਰ ਬਣਾਉਂਦਾ ਵਾ ਸਿਸਟਮ ਇਹਦਾ। ਐਕਚੁਅਲੀ ਮੈਂ ਇੱਕ ਡਿਫਰੈਂਟ ਵੀਡੀਓ ਬਣਾਊਂਗਾ ਜਿਹਦੇ ਵਿੱਚ ਮੈਂ ਕੰਪਲੀਟ ਜਿਹੜਾ ਪੁਆਇੰਟ ਟੂ ਪੁਆਇੰਟ ਟੈਸਟ ਲੈਂਦੇ ਨੇ ਇੰਸਟ੍ਰਕਟਰ, ਕਿੱਦਾਂ ਕੀ ਭਾਲਦੇ ਨੇ ਉਹ, ਕੀ ਚਾਹੁੰਦੇ ਨੇ, ਕੀ ਵੇਖਣਾ ਚਾਹੁੰਦੇ ਨੇ, ਕਿ ਹਾਂ ਤੁਹਾਨੂੰ ਕੀ ਕੀ ਪਤਾ ਹੋਵੇ, ਕਿਉਂਕਿ ਏਅਰ ਬ੍ਰੇਕ ਜਿਹੜੀ ਆ ਇਹ ਲਾਇਸੈਂਸ ਲੈਣ ਲਈ ਜ਼ਰੂਰੀ ਹੈ ਇਹ ਨੌਲੇਜ, ਤਾਂ ਕਰਕੇ ਆਪਾਂ ਇੱਕ ਸੈਪਰੇਟ ਵੀਡੀਓ ਬਣਾਵਾਂਗੇ ਜਿਹ 'ਚ ਪੂਰੀ ਵੀਡੀਓ 'ਚ ਸਿਰਫ ਆਪਾਂ ਇਹੋ ਗੱਲ ਕਰਨੀ ਆ ਕਿ ਏਅਰ ਬ੍ਰੇਕ ਜਿਹੜੀ ਆ ਉਹਦਾ ਟੈਸਟ ਕਿਵੇਂ ਪਾਸ ਕਰਨਾ। ਪਰ ਇਸ ਵੀਡੀਓ 'ਚ ਮੈਂ ਇਹ ਗੱਲ ਕਰ ਰਿਹਾ ਕਿ ਸਿਸਟਮ ਹੁੰਦਾ ਕਿੱਦਾਂ, ਚੱਲਦਾ ਕਿੱਦਾਂ, ਕਿਉਂ ਹੁੰਦਾ ਆ। ਬਾਹਰ ਜਾ ਕੇ ਤਾਂ ਤੁਹਾਨੂੰ ਮੈਂ ਦਿਖਾਉਂਦਾ ਆ ਕਿ ਸਾਰੇ ਟਰੱਕ ਦੇ ਵਿੱਚ ਅੰਦਰਵਾਰ ਏਅਰ ਬ੍ਰੇਕ ਦਾ ਸਿਸਟਮ ਜਿਹੜਾ ਕਿੱਦਾਂ ਆ, ਕਿੱਥੋਂ ਚੱਲਦਾ ਆ, ਕਿੱਦਾਂ ਪਾਈਪਾਂ ਜਾਂਦੀਆਂ ਐਂਡ ਤੱਕ। ਆਹ ਦੇਖੋ, ਪਹਿਲਾਂ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਥੇ ਟੈਂਕ ਹੁਣ ਦੇਖਣਾ ਨਹੀਂ, ਪਰ ਕਵਰ ਦੇ ਹੇਠਾਂ ਟੈਂਕ ਨੇ, ਏਅਰ ਟੈਂਕ ਜਿਹੜੇ ਆਪਾਂ ਤੁਹਾਨੂੰ ਮੂਹਰੇ ਦਿਖਾਏ ਸੀ ਉਹ ਇੱਥੇ ਨੇ, ਉਹ ਕਨੈਕਟਡ ਨੇ ਇੱਥੇ ਪਿੱਛੇ ਆ ਟ੍ਰੇਲਰ ਦੇ ਨਾਲ ਇੱਥੋਂ ਆੜੀ ਜਗ੍ਹਾ 'ਤੇ। ਆਹ ਦੋ ਡਿਫਰੈਂਟ ਪਾਈਪਾਂ ਨੇ ਏਅਰ ਦੀਆਂ ਪਾਈਪਾਂ, ਆਹ ਹੈਗੀ ਸਪਲਾਈ ਬ੍ਰੇਕ ਲਈ ਅਤੇ ਆਹ ਹੈਗੀ ਐਮਰਜੈਂਸੀ ਜਾਂ ਪਾਰਕਿੰਗ ਬ੍ਰੇਕ ਲਈ ਪਾਈਪ। ਇਹ ਦੋ ਡਿਫਰੈਂਟ ਨੇ, ਉਹ ਜਿਹੜੀ ਪੜ੍ਹ ਲਈ ਉਹ ਇਲੈਕਟ੍ਰਿਕ ਵਾਇਰ ਆ, ਉਹ ਡਿਫਰੈਂਟ ਟੋਪਿਕ ਆ, ਉਹਦੀ ਆਪਾਂ ਬਾਅਦ 'ਚ ਗੱਲ ਕਰਾਂਗੇ। ਇਹ ਟ੍ਰੇਲਰ ਨਾਲ ਅਟੈਚ ਹੋ ਕੇ ਓਬਵੀਅਸਲੀ ਜਿਹੜੀ ਆ ਉਹਦਾ ਏਅਰ ਪ੍ਰੈਸ਼ਰ ਆ ਉਹ ਇੱਥੇ ਵੀ ਆਉਂਦਾ ਵਾ, ਆ ਟਰੈਕਟਰ ਦੀਆਂ ਬ੍ਰੇਕਾਂ ਦੇ ਵਿੱਚ ਇੱਥੇ ਬ੍ਰੇਕ ਚੇਂਬਰ ਹੁੰਦੇ ਆ, ਉਹਨਾਂ ਤੱਕ ਵੀ ਆਉਂਦਾ ਉਹ ਪ੍ਰੈਸ਼ਰ ਸੇਮ। ਇਕੱਲੇ ਬ੍ਰੇਕ ਚੇਂਬਰ ਨਹੀਂ, ਆੜੇ ਦੂਜੇ ਏਅਰ ਬੈਗ ਨੇ, ਇਹਨਾਂ ਦੇ ਵਿੱਚ ਵੀ ਉਹੀ ਏਅਰ ਪ੍ਰੈਸ਼ਰ ਹੀ ਜਾਂਦਾ ਅਤੇ ਉਹੀ ਏਅਰ ਕੰਪਰੈਸਰ ਤੋਂ ਜਾਂਦਾ ਜਿਹੜਾ ਆਪਾਂ ਤੁਹਾਨੂੰ ਦਿਖਾਇਆ। ਏਅਰ ਬੈਗ ਕੀ ਨੇ? ਏਅਰ ਬੈਗ ਸਸਪੈਂਸ਼ਨ ਸਿਸਟਮ ਹੈ ਟਰੱਕ ਦਾ, ਉਹ ਵੀ ਡਿਫਰੈਂਟ ਵੀਡੀਓ ਆ। ਹੋਰ ਮੈਂ ਦੱਸਦਾ, ਉਹ ਜਿਹੜੀਆਂ ਪਾਈਪਾਂ ਜਿਹੜੀਆਂ ਮੂਹਰੇ ਕਨੈਕਟਰ ਨੇ ਉਹ ਟ੍ਰੇਲਰ ਦੇ ਵਿੱਚੋਂ ਦੀ ਹੋ ਕੇ ਇੱਥੋਂ ਦੀ ਉਹ ਜਾਂਦੀ ਨੇ ਇੱਥੇ ਆਲ ਦੇ ਵੇ ਪਿੱਛੋਂ ਤੱਕ ਇਹਨਾਂ ਤੱਕ, ਆਹ ਜਿਹੜੇ ਟਾਇਰ ਆ ਗਏ ਟਰੱਕ ਦੇ, ਇਹਨਾਂ ਦੇ ਵਿੱਚ ਆ ਹੋਈ ਏਅਰ ਬੈਗ ਅਤੇ ਆ ਬ੍ਰੇਕਾਂ।
ਅੱਛਾ ਤੁਹਾਨੂੰ ਦੱਸਦਾ ਹੁੰਦੀ ਬ੍ਰੇਕ ਚੈਂਬਰ ਦਾ ਉੱਥੇ ਫਰੰਟ ਤੇ ਦੋ ਡਿਫਰੈਂਟ ਪਾਈਪਾਂ ਲੱਗਦੀਆਂ ਹਨਾ ਟ੍ਰੇਲਰ ਨੂੰ ਤੇ ਟਰੈਕਟਰ ਨੂੰ ਕਨੈਕਟ ਕਰਨ ਲਈ ਉਦਾਂ ਇੱਥੇ ਪਿੱਛੇ ਬ੍ਰੇਕ ਚੈਂਬਰ ਆ ਜੀ ਦੋ ਡਿਫਰੈਂਟ ਹੁੰਦੀਆਂ ਨੇ ਆ ਪਾਈਪਾਂ 에ਅਰ ਬ੍ਰੇਕ ਦੀਆਂ ਕਿਉਂਕਿ ਆੜੀ ਪਾਈਪ ਆ ਇਹ ਹੈਗੀ ਆ ਸਪਲਾਈ ਬ੍ਰੇਕ ਦੀ ਤੇ ਆ ਹੈਗੀ ਆ ਦੂਜੀ ਪਾਰਕਿੰਗ ਬ੍ਰੇਕ ਦੀ ਇਹਨਾਂ ਦਾ ਸਿਸਟਮ ਆਪੋਜ਼ਿਟ ਹੁੰਦਾ ਆ ਇਹ ਅਪਲਾਈ ਤਾਂ ਹੁੰਦੀ ਆ ਜਦੋਂ ਤੁਸੀਂ ਇਹਨੂੰ ਇਹਦੇ ਚੋਂ ਹਵਾ ਕੱਢ ਲੈਂਦੇ ਹੋ ਤੇ ਜਿਹੜੀ ਸਪਲਾਈ 에ਅਰ ਬ੍ਰੇਕ ਆ ਉਹ ਤਾਂ ਅਪਲਾਈ ਹੁੰਦੀ ਆ ਜੇ ਤੁਸੀਂ ਇਹਦੇ ਚ ਹਵਾ ਭਰਦੇ ਹੋ ਜਾਂ ਇਹਦੇ ਚ ਆਪਣਾ ਪੈਡਲ ਦਬਾਉਂਦੇ ਹੋ ਜਿੰਨਾ ਇੱਥੇ ਹਵਾ ਦਾ ਪ੍ਰੈਸ਼ਰ ਜਾਂਦਾ ਹੈ ਰਾਈਟ ਪਰ ਹਾਂ ਮੈਨੂੰ ਆਸ ਆ ਕਿ ਮੋਟਾ ਮੋਟਾ ਤੁਹਾਨੂੰ ਪਤਾ ਲੱਗਾ ਹੋਊਗਾ ਕੀ ਆ ਹਿਸਾਬ ਤਾਬ ਕੀ ਚੱਕਰ ਕੀ ਆ ਸਿਸਟਮ ਕੀ ਆ 에ਅਰ ਬ੍ਰੇਕਾਂ ਕਿਉਂ ਕਿੱਦਾਂ ਚੱਲਦੀਆਂ ਕਿਉਂ ਇਹੋ ਹੀ ਚੱਲਦੀਆਂ ਨੇ ਤੇ ਬਾਕੀ ਇੱਕ ਹੋਰ ਵੀਡੀਓ ਬਣਾਵਾਂਗੇ ਆਪਾਂ ਡਿਫਰੈਂਟ ਵੀਡੀਓ ਤੁਹਾਡਾ 에ਅਰ ਬ੍ਰੇਕ ਦਾ ਟੈਸਟ ਪਾਸ ਕਰਾਉਣ ਦੀ ਅੱਜ ਲਈ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਚ ਟਾਟਾ ਬਾਏ ਬਾਏ ਸਤਿ ਸ਼੍ਰੀ ਅਕਾਲ